ਹੋਰ ਕੀ ਹੈ ਇਹਦੇ ਚ? ਲੱਖਾਂ ਲੱਖੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ, ਫਿਕਰ ਨਾ ਕਰ ਘਰ ਆ ਗਈ ਮਲੰਗ ਮਾਈਆ। ਹੋਰ ਕੀ ਹੈ ਇਹਦੇ ਚ? ਬੜਾ ਕੁਛ ਹੈ ਜਨਾਬ, ਇਹ ਚ ਬੜਾ ਕੁਛ ਹੈ। ਹਾਂਜੀ, ਦੋ ਮੰਜੀਆਂ ਤਿੰਨ ਸਰਾਣੇ, ਦੋ ਮੰਜੀਆਂ ਤਿੰਨ ਸਰਾਣੇ। ਮਾਈ ਜੀ, ਮੈਂ ਸਾਬ ਲਾਇਆ ਵੇ, ਇਹ ਤਾਲਾ ਖੁੱਲ ਜਾਏਗਾ। ਅੱਛਾ, ਹਾਂ ਉਧਰ ਚਲੇ, ਇਧਰ ਉਧਰ ਚਲੇ, ਇਧਰ ਉਧਰ। ਮਾਈ ਜੀ, ਖਲੋ ਕੇ ਗੱਲ ਕਰ। ਸਾਈ ਜੀ, ਖਲੋਤੀ ਹੋਈ ਆ ਮੈਂ। ਖਲੋਤੀ ਹੈ ਤੂੰ? ਦੇਖ ਖਲੋਤੀ ਹੈ। ਹਾਂਜੀ, ਗੱਲ ਇਹ ਵੇ, ਮੈਂ ਸਾਬ ਲਾਇਆ ਤੇਰਾ, ਮੈਂ ਮੰਤਰ ਪੜਿਆ ਜੀ, ਮੈਂ ਜੰਤਰ ਪੜਿਆ, ਮੈਂ ਲੜ ਰਿਹਾ, ਨਾ ਘਬਰਾ, ਮੈਂ ਠਰ ਗਈ ਹਾਂ, ਮੈਂ ਮਰ ਗਈ ਹਾਂ। ਯਾ ਮੇਰੇ ਮਾਲਕ, ਕੀ ਹੋ ਗਿਆ ਭਾਈ? ਹਾਂਜੀ, ਇਹ ਤਾਲਾ ਖੋਲਣ ਵਾਸਤੇ ਮੈਨੂੰ ਇੱਕ ਚਿੱਲਾ ਕੱਟਣਾ ਪਏਗਾ। ਚਿੱਲਾ? 40 ਦਿਨ ਮੈਂ ਤੇਰੇ ਘਰ ਰਵਾਂਗਾ। 40 ਦਿਨ ਤੇ ਮੇਰੇ ਘਰ 'ਚ? ਹਾਂ, ਬਲਕਿ ਤੇਰੇ ਕੋਲ ਰਵਾਂਗਾ ਮੈਂ। ਰਿਮੋਟ ਕੰਟਰੋਲ ਕਿਉਂ ਜੀ? ਚਿੱਲਾ ਅੱਗੇ ਪਿੱਛੇ ਕਰਕੇ ਵੇਖਣਾ ਮੈਂ। ਇਹ ਕੋਈ ਮਾਮੂਲੀ ਚਿੱਲਾ ਨਹੀਂ, ਅੱਛਾ, ਉਧਰੋਂ ਆਇਓ ਤੁਸੀਂ? ਕੱਲੇ ਨੀ ਆਇਓ ਉਧਰੋਂ ਵੀ? ਹਾਂਜੀ, ਅਸੀਂ ਹੁਣ ਇੱਥੇ ਇੱਥੇ ਹੀ ਆਉਣਾ ਸੀ ਅਸੀਂ ਜੀ। ਜੀ, ਇਹ ਖੋਲਣਾ, ਖੋਲ ਲਾਂਗੇ ਜੀ। ਮੇਰੀ ਜਾਨ ਇੱਕ ਮਾਮੂਲੀ ਜਿਹਾ ਨੁਕਸਾ ਹੈ ਜੀ, ਇਹ ਚੋਂ ਸਮਾਨ ਕੱਢਣਾ ਨਾ। ਹਾਂਜੀ, ਤੁਸੀਂ ਇਸ ਤਰ੍ਹਾਂ ਕਰੋ ਕਿ ਬਾਹਰੋਂ ਜਾਓ, ਇੱਕ ਮਿੱਟੀ ਦੇ ਤੇਲ ਦੀ ਬੋਤਲ, ਅੱਛਾ, ਤੇ ਇੱਕ ਮਾਚਿਸ ਲੈ ਕੇ ਆਓ, ਹੁਣੇ ਖੁੱਲ ਜਾਏਗਾ। ਲਓ ਮੈਂ ਹੁਣ
ਲੇਕਿਨ ਮਿੱਟੀ ਦੇ ਤੇਲ ਦੀ ਤੇ ਮਾਚਿਸ ਦੀ ਕੀ ਲੋੜ ਪੈਣੀ ਜਨਾਬ? ਦੇਖੋ ਜਾਨ, ਸਮਾਨ ਕਰਨਾ ਹੈ ਨਾ, ਮਿੱਟੀ ਦਾ ਤੇਲ ਉੱਤੇ ਸੁੱਟਾਂਗੇ, ਅੱਗ ਲਾ ਦੇਵਾਂਗੇ, ਸੰਦੂਕ ਲੱਗਾ ਤਾਂ ਸੜ ਜਾਏਗਾ, ਸਮਾਨ ਕੱਢ ਲਾਂਗੇ। ਯਾਰ ਤੂੰ ਕਿੱਡਾ ਵੱਡਾ ਸਾਇੰਸਦਾਨ ਹੈਗਾ, ਪਾਗੋਰੀ ਨੂੰ ਅਸੀਂ ਐਵੇਂ ਰੱਖਿਆ ਹੋਇਆ ਹੈ? ਤੂੰ ਤੇ ਬੜਾ ਜ਼ਹੀਨ ਹੈ। ਐਸਾ ਤੂੰ ਤੇ ਮੇਰਾ ਮਤਲਬ ਡਾਕਟਰ ਕਦੀਰ ਦੀ ਜਗ੍ਹਾ ਲਵੇ ਲਵੇ। ਮੇਰਾ ਦਿਲ ਕਰਦਾ ਜੁੱਤੀ ਲਾ ਕੇ ਨਾ ਤੇਰੇ ਮੂੰਹ ਚ ਧੁੰਨ ਦਿਆਂ, ਲਾਂਦੀ ਉਹਦੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਗਿਆ ਵਿੱਚ ਬਚੇਗਾ ਕੀ? ਦੇਖੋ ਜੀ ਜੀ ਜੀ, ਮੈਂ ਐਡਾ ਖੌਫਨਾਕ ਚੋਰ ਹਾਂ ਕਿ ਮੇਰੇ ਖੌਫ ਤੋਂ ਪੂਰੇ ਇਲਾਕੇ ਚ ਦਾਲ ਪੱਕਦੀ ਜੇ। ਅੱਛਾ ਹਾਂਜੀ, ਜਿਹੜਾ ਚੰਗੀ ਹਾਂਡੀ ਪਕਾਏ ਮੈਂ ਚੁੱਕ ਲੈਣਾ। ਹਾਂਡੀ ਚੋਰ, ਹਾਂਡੀ ਚੋਰ ਹੋਰ ਤੇ ਹੋਰ ਬਾਟਾ ਵਾਲੇ ਜਿਹੜੇ, ਇਹਨਾਂ ਦਾ ਮੇਰੀ ਵਜ੍ਹਾ ਤੋਂ ਨਾਂ ਜੇ। ਅੱਛਾ, ਮੈਂ ਮੁਸੀਤੋਂ ਜੁੱਤੀ ਚੁੱਕ ਕੇ ਦਿਨਾਂ ਤੇ ਵੇਚਦੇ ਨੇ। ਅੱਛਾ ਗੁਜਰਾਤ ਤੋਂ ਆਇਓ? ਮੇਰੇ ਵਾਸਤੇ ਨਾਲ ਹੋਟਲ ਲੈਣਾ ਇੱਥੇ ਨਾਲ ਅਵਾਰਾ ਗਰਦੀ, ਉੱਥੇ ਜਾ ਕੇ ਹੋਏਗੀ। ਕਮਰਾ ਮੇਰੇ ਕੋਲ ਹੈਗਾ ਕੋਠੇ ਤੇ। ਠੀਕ ਹੈ ਠੀਕ ਹੈ, ਬੱਕਰਿਆਂ ਦਾ ਬੱਕਰੇ ਕੱਢਾਂਗੇ ਤੁਹਾਨੂੰ ਅੰਦਰ ਧੁੰਨ ਦਿਆਂਗੇ। ਇਹ ਕਮਰਾ ਕਿੱਥੇ ਆ? ਇਹ ਕੋਠੇ ਤੇ। ਅੱਛਾ ਤੁਹਾਡਾ ਕੋਠਾ ਵੀ ਹੈ? ਤੁਹਾਡਾ ਕੀ ਮਤਲਬ, ਤੁਹਾਡੇ ਇਕੱਲੇ ਦਾ ਹੀ ਹੈ? ਅੱਛਾ ਅੱਛਾ, ਉੱਤੇ ਉੱਤੇ। ਨਹੀਂ ਨਹੀਂ ਤੂੰ ਐਡਾ ਬੋਲਣਾ ਨਹੀਂ, ਆਓ ਮੇਰੇ ਸਾਥ। ਚਲੋ ਲੈ, ਤੁਸੀਂ ਇੰਜ ਕਰੋ 3 ਕਿਲੋ ਕੜਾਈ ਫੜ ਲਿਆਓ, ਭਾਈ ਫੜ ਲਿਆ ਨੇ ਅੱਜ ਆਓ, ਦਾਲ ਪੱਕੀ ਹੋਈ ਹੈ। ਚਲੋ ਅੰਗਾਲ ਚਲੋ ਭਾਈ ਜੀ, ਸਾਡੇ ਘਰ ਇੱਕ ਚੌਕੀਦਾਰ ਹੈਗਾ, ਮੇਰੇ ਬਲੇ ਪਠਾਨ ਚੌਕੀਦਾਰ ਰੱਖਿਆ, ਉਹਨੂੰ ਕੋਈ ਬਚ ਕੇ ਨਾ ਆ ਜਾਓ ਕਦੀ, ਉਹ ਅਜੇ ਅਜੇ ਧਿਆਨ ਲਈ ਰੱਖਿਆ ਹੋਇਆ। ਅੱਛਾ ਚੱਲ। ਗੱਲ ਕਰਨੀ ਤੁਹਾਡੇ ਨਾਲ। ਮੇਰੇ ਸਰ? ਹਾਂਜੀ, ਕੀ ਬਾਤ ਕਰਨੀ ਹੈ? ਆ ਜਾਓ ਬੈਠੋ। ਕਰੇ ਬਾਤ? ਸ਼ਾਦੀ ਹੋਈ ਤੁਹਾਡੀ? ਨਹੀਂ ਸ਼ਾਦੀ ਨਹੀਂ ਮੇਰੀ ਅਭੀ ਹੋਈ। ਤੇ ਕਿਉਂ ਨਹੀਂ ਕਰਾਉਂਦੇ, ਕਿਸੇ ਡਰਾਇਆ? ਦੁਨੀਆ ਤੇ ਜਿਹੜੇ ਕੰਮ ਆਏ ਉਹ ਕਰਕੇ ਜਾਓ। ਮੈਂ ਗੱਲ ਸਿੱਧੀ ਸੱਤੀ ਕਰਨਾ। ਅੱਛਾ, ਆ ਇਹ ਮੁੰਡੇ ਖੁੰਡੇ ਨੇ ਗੱਲ ਹੋਰ ਪਾਸੇ ਲੈ ਜਾਂਦੇ। ਆਪਣਾ ਅਸੀਂ ਕਾਰੋਬਾਰੀ ਲੋਕ ਹਾਂ। ਕਾਰੋਬਾਰੀ ਲੋਕ? ਹਾਂਜੀ, ਅੱਲਾ ਦਾ ਸ਼ੁਕਰ ਹੈ, ਚੰਗੇ ਭਲੇ ਖਾਂਦੇ ਪੀਂਦੇ ਮੰਗਦੇ ਲੋਕ ਆ। ਅੱਲਾ ਦੀ ਮਿਹਰਬਾਨੀ ਹੈ, ਆਪਣੀਆਂ ਸਾਡੀਆਂ ਫੈਕਟਰੀਆਂ ਨੇ। ਫੈਕਟਰੀਆਂ ਕੀ? ਹਾਂਜੀ, ਇੱਕ ਨਵੀਂ ਫੈਕਟਰੀ ਬਣਵਾਈ ਹੈ, ਕੱਲ ਬਦਾਮੀ ਬਾਗ ਲਾਰੀ ਅੱਡੇ ਦੇ ਬਿਲਕੁਲ ਸਾਹਮਣੇ।
ਪੀਲੇ ਰੰਗ ਦੀ ਦੀਵਾਰ ਹੈ, ਲੰਮੀ ਜਿਹੀ ਬਾਹਰ ਲਿਖਿਆ ਹੈ ਜਨਾਨਾ ਮਰਦਾਨਾ। 250-300 ਕਾਰੀਗਰ ਰੋਜ਼ ਦਾ ਕੰਮ ਕਰਕੇ ਜਾਂਦਾ। ਬਣਤਾ ਕਿਆ ਵਾ? ਅੰਦਰ ਖਾਦ ਬਣਦੀ। ਹਾਂਜੀ ਅੱਬਾ ਜੀ ਬਾਹਰ ਡੱਬਾ ਲੈ ਕੇ ਬੈਠੇ ਹੁੰਦੇ। ਅੱਲਾ ਦੀ ਬੜੀ ਮਿਹਰਬਾਨੀ, ਆਪਣੇ ਜਾਤੀ ਸਾਡੇ ਜਹਾਜ਼ ਨੇ। ਜਹਾਜ਼ ਹੈ ਆਪਕੇ? ਹਾਂਜੀ ਮੇਰੇ ਤੋਂ ਛੋਟੇ ਤਿੰਨ ਨੇ, ਤਿੰਨੇ ਜਹਾਜ਼ ਨੇ। ਬੜੇ ਚੰਗੇ ਭਲੇ ਲੋਕ ਆ ਅਸੀਂ। ਉਹ ਤਾਂ ਨਜ਼ਰ ਹੀ ਆ ਰਿਹਾ। ਕੌਮ ਕੀ ਹੈ ਆਪਕੀ? ਇਹ ਕੌਮਾਂ ਕੌਮਾਂ ਚ ਕੁਛ ਨੀ ਪਿਆ ਹੋਇਆ। ਕਿਉਂ? ਕੌਮਾਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ। ਅਲਹਮਦੁਲਿਲਾ ਅਸੀਂ ਮੁਸਲਮਾਨ ਔਰ ਪਾਕਿਸਤਾਨੀ ਆ, ਇਹੋ ਹੀ ਸਾਡੀ ਕੌਮ ਹੈ, ਇਹੋ ਹੀ ਸਾਡੀ ਪਹਿਚਾਣ। ਤੂੰ ਕਿਹੜੀ ਰਿਸ਼ਤੇਦਾਰ ਪਛਾਣਨ ਦੇ ਆ? ਅੱਲਾ ਨੇ ਇੱਕ ਬੈਟਰੀ ਦਿੱਤੀ ਹੈ ਤੇ ਜਾੜ ਕੇ ਖਾ। ਹਾਂ ਬਾਤ ਕੀ ਕਰੇ ਤੂੰ ਮੁਸੇ? ਬਾਤ ਕੀ ਕਰਨੀ ਹੈ ਜੀ, ਜਦੋਂ ਕੋਈ ਗੱਲ ਬਣਨ ਲੱਗਦੀ ਹੈ ਕੱਲੇ ਆਇਆ ਕਰੋ, ਨਾਲ ਨਾ ਕਿਸੇ ਨੂੰ ਲਿਆ। ਗੱਲ ਇਹ ਵੇ ਜੀ, ਹਾਂਜੀ ਤੁਹਾਡੀ ਤਲੀਮ ਕਿੰਨੀ ਹੈ? ਮੇਰੀ ਮਿਡਲ। ਮਿਡਲ ਕੀ ਹੁੰਦਾ? ਵੈਸੇ ਮੈਂ ਵੀ ਪੜ੍ਹਿਆ ਲਿਖਿਆ। ਅੱਛਾ। ਹਾਂ ਜੀ ਬਿਲਕੁਲ, ਦੇਖੋ ਉਹਦਾ ਨਿਸ਼ਾਨਾ ਕਿੱਦਾਂ ਤੇਜ਼। ਔਰ ਅਕਲ ਦੀ ਐਡੀ ਠੰਡੀ ਹੁੰਦੀ ਹੈ, ਸੁੱਤੇ ਪਏ ਮਰੀਜ਼ ਨੂੰ ਕਹਿਣ ਦੀ ਹੁੰਦੀ ਹੈ ਉੱਠੋ ਨੀਂਦ ਕੀ ਗੋਲੀ ਖਾ ਲੋ। ਮੈਂ ਤੇ ਵਿਆਹ ਕਰਾਉਣਾ ਉਸ ਕੁੜੀ ਨਾਲ ਜਿਹੜੀ ਅੰਨੇ ਵਾਹ ਪੜੀ। ਪੜੀਆਂ ਲਿਖੀਆਂ ਔਰਤਾਂ ਨੂੰ ਤਮੀਜ਼ ਹੁੰਦੀ ਹੈ। ਪੜੀਆਂ ਲਿਖੀਆਂ ਔਰਤਾਂ ਜਿਹੜੀਆਂ ਨੇ ਅਗਰ ਕਿਸੇ ਜਨਾਜ਼ੇ ਤੇ ਜਾਂਦੀਆਂ ਉੱਥੇ ਵੀ ਜ਼ਿਆਦਾ ਚੀਕਾਂ ਨਹੀਂ ਮਾਰਦੀਆਂ, ਉਹਨਾਂ ਦਾ ਇੱਕੋ ਚੀਕ ਚ ਪੂਰੇ ਮਹੀਨੇ ਦਾ ਅਫਸੋਸ ਹੋ ਜਾਂਦਾ। ਕੌਣ ਮਰਿਆ? ਦਾਦਾ ਜੀ। ਪੜੀਆਂ ਲਿਖੀਆਂ ਔਰਤਾਂ ਦੇ ਬੜੇ ਫਾਇਦੇ ਹੁੰਦੇ ਨੇ। ਹਾਂ ਇਹ ਤਾਂ ਬਹੁਤ ਫਾਇਦੇ ਨੇ। ਹਾਂ ਬਿਲਕੁਲ ਜੀ, ਤੇ ਤੁਸੀਂ ਵਿਆਹ ਕਿਉਂ ਨਹੀਂ ਕਰਾਉਂਦੇ? ਬਸ ਮੈਂ ਦਿਲ ਨਹੀਂ ਕਰਦਾ। ਅੱਛਾ ਠੀਕ ਹੈ, ਇੱਕ ਮੈਂ ਪ੍ਰਾਈਵੇਟ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ ਕਰੇ ਜ਼ਰੂਰ। ਦੇਖੋ ਜੀ ਸਿਆਣੇ ਕਹਿੰਦੇ ਨੇ, ਹਾਂ ਉਹ ਸਿਆਣਾ ਆ ਨਾ ਨਾ ਜਾਏ, ਇੱਥੇ ਸਾਰੇ ਹੀ ਚਵਲ ਨੇ ਮੇਰੇ ਪਿਓ ਸਮੇਤ। ਕਰੇ ਬਾਤ? ਗੱਲ ਇਹ ਵੇ ਭਈ, ਗੱਲ ਜਿਹੜੀ ਹੈ ਨਾ ਉਹ ਬੰਦੇ ਨੂੰ ਕਰਨੀ ਚਾਹੀਦੀ ਹੈ ਖਰੀ। ਗੱਲ ਦਿਓ ਅਸੀਂ ਮੁਸਲਮਾਨ ਆ ਤੇ ਅਸੀਂ ਪਾਕਿਸਤਾਨੀ ਆ, ਅਲਹਮਦੁਲਿਲਾ ਅਸੀਂ ਗੱਲ ਕਰਨੀ ਆ ਬਿਲਕੁਲ ਖਰੀ। ਗੱਲ ਕਰਨ ਲੱਗੇ ਅਸੀਂ ਡਰਦੇ ਨਹੀਂ, ਗੱਲ ਅਸੀਂ ਕਰਨੀ ਆ ਟਕਾ। ਅੱਛਾ। ਹਾਂ ਬਲਕਿ ਗੱਲ ਬੰਦੇ ਨੂੰ ਕਰਨੀ ਚਾਹੀਦੀ ਆ ਮੂੰਹ ਤੇ ਗੱਲ ਕਰਨੀ ਚਾਹੀਦੀ ਆ, ਔਰ ਗੱਲ ਬੰਦੇ ਨੂੰ ਸਮਝਾ ਕੇ ਕਰਨੀ ਚਾਹੀਦੀ। ਹਾਂ ਸਮਝਾਉਣਾ ਪਿਆ ਮੈਂ। ਕਰੇ ਬਾਤ? ਨਹੀਂ ਗੱਲ ਮੈਂ ਕਰਨ ਡਿਆ ਵੀ ਹੁਣ ਜਿੰਨੀ ਕੀ
ਮੈਂ ਤਾਂ ਕਰੀ ਆਉਣ ਦਿਆ ਗੱਲ ਸਮਝੋ ਨਾ ਸਮਝੋ ਸਮਝ ਗਿਆ ਜੀ ਇਨਸਾਨ ਨੂੰ ਚਾਹੀਦਾ ਕਿ ਕਿਸੇ ਡਰ ਰਹੇ ਇੱਥੇ ਨਾ ਕੁਛ ਔਰਤਾਂ ਹੈਗੀਆਂ ਨੇ ਉਹ ਮੇਰੀਆਂ ਬੀਵੀਆਂ ਬਣੀਆਂ ਹੋਈਆਂ ਆਪ ਸ਼ਾਦੀਸ਼ੁਦਾ ਉਹ ਬਸ ਹੋ ਗਈ ਏ ਮੈਂ ਤੇ ਕਰਾਉਣੀ ਨਹੀਂ ਸਾਂ ਚਾਹੁੰਦਾ ਕਿਉਂ ਬਸ ਨਹੀਂ ਸੀ ਦਿਲ ਕਰਦਾ ਵਿਆਹ ਤੇ ਅੱਬੇ ਨੇ ਕਿਹਾ ਫਟਾਫਟ ਵਿਆਹ ਕਰ ਲਓ ਫਿਰ ਅੱਗੋਂ ਬਾਰਿਸ਼ਾਂ ਪੈਣ ਵਾਲੀਆਂ ਬਾਰਿਸ਼ਾਂ ਮੈਂ ਕੀ ਹੋਗਾ ਨਹੀਂ ਦਫਾ ਕਰੋ ਜੀ ਅਸੀਂ ਬਾਰਿਸ਼ਾਂ 'ਚ ਵਿਆਹ ਨਹੀਂ ਰੱਖਦੇ ਕਿਉਂ ਬੱਚਾ ਪਾਸੇ ਫੋੜੇ ਫਿੰਸੀਆਂ ਪਿੱਤ ਅੱਲਾ ਮਾਫੀ ਦੇਵੇ ਨਾ ਰੋਟੀ ਖਾਣ ਦਾ ਮਜ਼ਾ ਨਾ ਬਰਾਦਰੀ ਬਿਠਾਉਣ ਦਾ ਮਜ਼ਾ ਇਸ ਵਾਸਤੇ ਤੇ ਤੁਸੀਂ ਇਹ ਤੁਹਾਡਾ ਵਿਆਹ ਰਹਿੰਦਾ ਹੋਇਆ ਨਹੀਂ ਅਭੀ ਨਹੀਂ ਹੋਇਆ ਨਾ ਇੱਥੇ ਕਿਹਨੂੰ ਮਿਲਣ ਆਏ ਹੋ ਮੈਂ ਆਪਣੀ ਦੋਸਤ ਨੂੰ ਮਿਲਣ ਆਈ ਹਾਂ ਦੋਸਤ ਕਿਹੜੀ ਹੈ ਅਫਸ਼ਾ ਮੇਰੀ ਸਹੇਲੀ ਅਫਸ਼ਾ ਤੁਹਾਡੀ ਸਹੇਲੀ ਹੈ ਹਾਂ ਹਾਂ ਮਾਫ ਕਰਨਾ ਜੀ ਮੈਂ ਐਵੇਂ ਫ੍ਰੀ ਹੋ ਗਿਆ ਸਾਂ ਬੈਠੋ ਮੈਂ ਕੋਈ ਚਾਹ ਛਾ ਲਿਆਨਾ ਚਲੇ ਆਪ ਜਾਏ ਹਾਂਜੀ ਮੈਂ ਚੱਲਿਆ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰ ਦੇਣਾ ਨਹੀਂ ਨਹੀਂ ਆਪ ਜਾਏ ਜਾਏ ਪਿਆਰ ਨਾਲ ਕਹੋ ਜਾਏ ਨਾ ਓਏ ਸਰਕੀ ਫੇਰ ਕਹੋ ਜਾਏ ਨਾ ਡਾਕਟਰ ਨੇ ਕਿਹਾ ਸੀ ਕੁੜੀ ਕੋਲੋਂ 3 ਵਾਰੀ ਕੁਆਈ ਤੈਨੂੰ ਆਰਾਮ ਆ ਜਾਏਗਾ ਜਾਏ ਨਹੀਂ ਰੋਬ ਨਹੀਂ ਪਾਣਾ ਪਿਆਰ ਨਾਲ ਕਹੋ ਅੱਛਾ ਜਾਏ ਓਏ ਇੰਜ ਮੋਈ ਜਾਂਦੇ ਕੀਮਤੀ ਸੰਦੋਖ ਔਰ ਯਾਰ ਰੱਖਾ ਹੋਇਆ ਕਹਿ ਲੋ ਕਿ ਆਪਣੇ ਕੰਮ ਨਹੀਂ ਕਰਤੀ ਜੋ ਸੋਨੇ ਚਾਂਦੀ ਹੋਣ ਅਗਰ ਪੈਸੇ ਭਰੇ ਹੋਏ ਸੰਦੂਕ ਕੋ ਯਾਰ ਰੱਖਾ ਹੋਇਆ ਅਫਸ਼ਾ ਬਈ ਘਰ ਮੇ ਕੋਈ ਹੈ ਪਾਗਲ ਅੰਕਲ ਹਮ ਆਏ ਇਧਰ ਕੌਣ ਹੈ ਹਮ ਕੌਣ ਹਮ ਸਪੈਸ਼ਲ ਖਾਨ ਹੈ ਕਰਤੇ ਕਿਆ ਹੋ ਹਾਂ ਕਰਤੇ ਕਿਆ ਹੋ ਹਮ ਪਠਾਨ ਹੈ ਕਭੀ ਕੁਛ ਕਰਤਾ ਹੈ ਕਭੀ ਕੁਛ ਕਰਤਾ ਹੈ ਕਿਆ ਮਤਲਬ ਕਭੀ ਸਿੱਟਾ ਵੇਚਤਾ ਹੈ ਕਭੀ ਫਾਲਿਸ਼ ਕਰਤਾ ਹੈ ਕਭੀ ਰਿਸ਼ਕਾ ਚਲਾਤਾ ਹੈ ਕਭੀ ਚਾਹ ਵੇਚਤਾ ਕੁਛ ਨਾ ਹੋਇਆ ਤੇ ਫਿਰ ਪੁਕਾਨਾ ਪਾੜਤਾ ਪੁਕਾਨਾ ਵੋ ਕਿਆ ਹੋਤਾ ਹੈ ਵੋ ਪੁਕਾਨਾ ਕਭੀ ਦੇਖਾ ਨਹੀਂ ਕੈਸੇ ਪਾੜਤਾ ਪੁਕਾਨਾ ਨਹੀਂ ਅੱਲਾ ਨਾ ਕਰੇ ਭਈ ਅੱਲਾ ਨਾ ਉਹ ਬੜਾ ਮੁਸ਼ਕਿਲ ਹੈ ਨਿਸ਼ਾਨਾ ਲੈਣਾ ਬੜਾ ਮੁਸ਼ਕਿਲ ਹੋ ਜਾ ਅੱਛਾ ਓਏ ਓਏ ਮਰ ਜਾਵਾ ਕਿਆ ਹੋਆ ਉਹ ਤੂੰ ਕਿੰਨਾ ਸੋਹਣਾ ਕੁੜੀ ਹੈ ਅੱਛਾ ਤੇਰਾ ਪਿਰਾ ਕਿੰਨਾ ਸੋਹਣਾ ਹੋਏਗਾ ਉਹ ਪਾਗਲ ਹੈ ਪਾਗਲ ਹੈ ਤੂੰ ਕਿਆ ਹੋਆ ਉਹ ਆਪਣਾ ਪਿਰਾ ਨੂੰ ਨਾਲ ਰੱਖਿਆ ਕਰ ਪਾਗਲ ਜ਼ਮਾਨਾ ਠੀਕ ਨਹੀਂ ਹੈ ਅੱਛਾ ਆਪਣਾ ਪਿਰਾ ਨੂੰ ਲੈ ਕੇ ਆਵੇਂ ਹੁਣ ਅੱਛਾ ਖਲਾ ਨਹੀਂ ਫਿਰਨਾ ਚਾਹੀਦਾ ਅੱਛਾ ਨਹੀਂ ਓ ਤੂੰ ਇੱਥੇ ਕੀ ਕਰਦੀ ਪਈ ਹੈ ਮੈਂ ਆਪਣੀ ਦੋਸਤ ਨੂੰ ਮਿਲਣ ਆਈ ਤੂੰ ਚੋਰ ਹੈ ਚੋਰ 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 ਆ ਜੀ ਤੂੰ ਚੋਰ ਹੈ ਮੈਂ ਨਹੀਂ ਕਿਹਾ ਚੋਰੀ ਕੀ ਹੈ ਤੂੰ ਇਹ ਸੰਦੂਕ ਨੂੰ ਹੱਥ ਲਾਈ ਹੈ ਹਾਂ ਲਗਾਇਆ ਤੇ ਬਸ ਫਿਰ ਤੂੰ ਚੋਰ ਹੈ ਚੱਲ ਤਾਣੇ ਚੱਲ ਨਹੀਂ ਨਹੀਂ ਮੈਂ ਚੋਰ ਨਹੀਂ ਹਾਂ ਤੂੰ ਹੱਥ ਲਾਇਆ ਸੰਦੂਕ ਨੂੰ ਮੈਂ ਸੰਦੂਕ ਕੋ ਹੱਥ ਨਹੀਂ ਲਗਾਇਆ ਇਸ ਲਈ ਮੈਂ ਚੋਰ ਨਹੀਂ ਹਾਂ ਸੱਚੀ ਕਹਦੀ ਹੋ ਸੱਚੀ ਕਹਿ ਰਹੀ ਹਾਂ ਨਾ ਹੱਥ ਨਹੀਂ ਲਾਇਆ ਨਹੀਂ ਲਗਾਇਆ ਬਸ ਫਿਰ ਤੂੰ ਚੋਰ ਨਹੀਂ ਹਾਂ ਕਹਿ ਤੂੰ ਆਪੇ ਨਹੀਂ ਜਾ ਪੇ ਨਹੀਂ ਅੱਛਾ ਉਹ ਗੱਲ ਸੁਣ ਕੁੜੀਏ ਹਾਂ ਤੂੰ ਸੰਦੂਕ ਨੂੰ ਵੇਖਿਆ ਸਾਹਮਣੇ ਚੀਜ਼ ਪੜੀ ਹੈ ਤਾਂ ਦੇਖੋ ਤਾਂ ਕਿਆ ਨਾ ਕਰ ਇੱਕ ਮੇਰਾ ਗੱਲ ਸੁਣ ਮੇਰਾ ਚੁਦਰੀ ਨੇ ਕਿਹਾ ਜਿਹੜਾ ਸੰਦੂਕ ਨੂੰ ਦੇਖ ਕੇ ਉਹ ਚੋਰ ਹੈ ਤੂੰ ਦੇਖਿਆ ਤੂੰ ਚੋਰ ਚੱਲ ਤਾਂ ਚੱਲ ਆਪਨੇ ਸੰਦੂਕ ਨੂੰ ਦੇਖਿਆ ਹਾਂ ਮੈਂ ਦੇਖਿਆ ਆਪ ਵੀ ਤਾਂ ਚੋਰ ਹੋ ਨਾ ਆ ਮਰ ਗਈ ਮੈਂ ਤਾਂ ਚੋਰ ਬਣ ਗਈ ਹਾਂ ਉਹ ਚੁਦਰੀ
ਓ ਚੌਧਰੀ ਓ ਕਿਆ ਉਹ ਤਾਂ ਬਾਹਰ ਲਾਂਦੀ ਦਾ ਪੁੱਤਰ ਪਾਗਲ ਹੋ ਗਿਆ ਕੁੜੀ ਆਓ ਪਾਗਲਾ ਪਾਊਗੂ ਬਾਬਾ ਚੋਰ ਬਣ ਗਈ ਆ ਉਹ ਬਦਤਮੀਜ਼ ਆਦਮੀ ਕੀ ਚੋਰੀ ਕੀਤਾ ਉਹਨੇ ਯਾਰਾ ਤੂੰ ਕਹਿੰਦੀ ਜਿਹੜਾ ਸੰਦੂਕ ਨੂੰ ਵੇਖੇਗਾ ਉਹ ਚੋਰ ਹੁੰਦੀ ਹੈ ਇਹਨੇ ਵੀ ਵੇਖਿਆ ਮੈਂ ਵੀ ਵੇਖ ਲਿਆ ਇਹ ਸੰਦੂਕ ਨੂੰ ਉਹ ਤੂੰ ਵੀ ਵੇਖ ਲਿਆ ਉਹ ਤੂੰ ਵੀ ਚੋਰ ਚੱਲ ਤਾਣੇ ਚੱਲ ਤੂੰ ਬੋਲਿਆ ਨਹੀਂ ਸੀ ਓਏ ਮੈਂ ਤੇ ਮਾਲਕ ਆ ਮੈਂ ਦੇਖ ਸਕਣਾ ਤੂੰ ਚੌਕੀਦਾਰ ਹੈ ਤੇਰੀ ਮੈਂ ਡਿਊਟੀ ਲਾਈ ਹਾਂ ਇਹਨੇ ਕਿਉਂ ਵੇਖਿਆ ਚੋਰ ਆ ਚੋਰ ਦਾ ਪੁੱਤ ਨਹੀਂ ਚੋਰ ਨਹੀਂ ਉਹ ਤੂੰ ਚੋਰ ਚੋਰ ਹੈ ਪੜੇ ਨੂੰ ਤਾਣੇ ਲੈ ਕੇ ਚੱਲ ਓਏ ਕੌਣ ਹੈ ਇਹਨੇ ਸੰਦੂਕ ਵੇਖੀ ਆ ਤੂੰ ਚੋਰ ਹਾਂ ਨਹੀਂ ਮੈਂ ਚੋਰ ਨਹੀਂ ਹਾਂ ਓਏ ਹਸੀ ਚੋਰ ਕਹਿੰਦੇ ਪਏ ਹੋ ਚੋ ਚੋ ਤੂੰ ਚੋਰ ਨਹੀਂ ਤੂੰ ਚੋਰ ਹੈ ਮੈਂ ਚੋਰ ਨਹੀਂ ਹਾਂ ਓ ਚੋਰ ਨਹੀਂ ਚੋਰ ਚੋਰ ਓਏ ਓਏ ਓ ਚੋ ਕਹਿੰਦਾ ਪਿਆ ਚੋ ਓ ਤੂੰ ਵੇਖ ਤੇ ਸਹੀ ਕਿੱਡਾ ਸੋਹਣਾ ਚੋਰ ਹੈ ਆਹਾ ਅੰਕਲ ਆ ਮੇਰੀ ਬਾਤ ਸੁਣੇ ਅੰਕਲ ਹੁਣ ਕੋ ਸੁਣ ਬਾਤ ਕਰਨ ਦੀ ਅੰਕਲ ਮੈਨੂੰ ਕੀ ਮੌਤ ਪਈ ਹੈ ਇਹ ਵਾਲ ਮੇਰੇ ਚਿੱਟੇ ਨਹੀਂ ਨੇ ਇਹ ਮੈਂ ਚੁੱਲ੍ਹੇ 'ਚ ਫੂਕਾ ਮਾਰਦਾ ਰਿਹਾ ਸਵਾਹ ਸਿਰ 'ਚ ਪਈ ਉਹ ਪੂਕਣੀ ਦਾ ਮੂੰਹ ਵਾਲਿਆ ਉਹ ਗੱਲ ਕਰ ਚੋਰ ਹੈ ਉਹ ਲੋਹੰਤੀ ਮੈਂ ਤੇਰਾ ਮਾਲਕ ਹੈ ਕਿ ਤੂੰ ਉਹ ਮਾਲਕ ਹੋਵੇਗਾ ਤੇ ਮੈਂ ਕੀ ਕਰਾਂ ਮੈਂ ਤਾਂ ਚੌਕੀਦਾਰ ਉਹ ਚੋਰ ਤੇ ਵੇਖ ਕਿੱਡਾ ਸੋਹਣੇ ਕੀ ਹੋਇਆ ਆਪਕੋ ਕੁਛ ਨਾ ਉਹਨੇ ਠੀਕ ਹੋ ਜਾਏਗਾ ਉਹਨੇ ਠੀਕ ਹੋ ਜਾਏਗਾ ਯਾ ਅੱਲਾ ਮੌਕਾ ਦਿੱਤਾ ਹੀ ਤੇ ਹਿੰਮਤ ਵੀ ਦੇ ਅੰਕਲ ਮੈਨੇ ਅਫਸ਼ਾ ਸੇ ਮਿਲਣਾ ਹੈ ਉਹ ਤੇਰਾ ਨੂੰਹ ਦਾ ਸਹੇਲੀ ਲਾਂਤੀ ਕੋਈ ਗਰਮ ਖਵਾਸ਼ ਖਵਾਸ਼ ਮੈਂ ਮਜ਼ਾਕ ਕਰ ਰਿਹਾ ਸਾਂ ਅਫਸ਼ਾ ਦੀ ਸਹੇਲੀ ਹੈ ਤੂੰ ਹਾਂਜੀ ਆਲਾ ਧੀ ਹੈ ਤੇਰੇ ਕੋਲ ਆਵਾ ਉਹ ਕਿੱਥੇ ਲਾ ਕੇ ਚਲੇ ਆਈ ਨੂੰ ਆ ਜਾ ਆ ਜਾ ਚੌਧਰੀ ਓਏ ਨੂੰ ਕਿੱਥੇ ਲੈ ਚਲੇ ਪਠਾਨ ਗਰਮੀ ਆ ਖਾਨ ਸਾਹਿਬ ਜੀ ਸਰ ਮੈਂ ਕਿਹਾ ਜੀ ਕਿਹਾ ਤੁਸੀਂ ਮੇਰੇ ਕਿਸੇ ਰਾਂਝੇ ਨੂੰ ਵੇਖਿਆ ਤਾਂ ਨਹੀਂ ਰਾਂਝਾ ਤੂੰ ਰਾਂਝੇ ਨੂੰ ਲੱਭਦੀ ਪਈ ਹਾਂ ਜੀ ਇਹ ਰਾਂਝਾ ਕੌਣ ਹੈ ਰਾਂਝਾ ਹੋਵੇ ਜਿਹੜਾ ਮੇਰੇ ਦਿਲ ਦਾ ਚੋਰ ਹੈ ਤੇਰੇ ਦਿਲ ਦਾ ਚੋਰ ਹੈ ਹਾਂ ਜੀ ਹਾਂ ਤੇ ਮੈਨੂੰ ਦੱਸ ਮੈਂ ਚੌਕੀਦਾਰ ਮੈਂ ਪੜ ਲਾਂਗਾ ਦੱਸ ਕੌਣ ਚੋਰ ਹੈ ਮੇਰੇ ਦਿਲ ਦਾ ਚੋਰ ਹੋਵੇ
ਜਿਹੜਾ ਚੋਰੀ ਖਾਂਦਾ। ਓ ਤੂੰ ਦਿਮਾਗ ਖਰਾਬ ਹੋ ਗਿਆ ਤੇਰਾ, ਪਾਗਲ ਹੈ ਤੂੰ? ਕਿਉਂ? ਓ ਚੋਰ ਨੂੰ ਚੋਰੀ ਕੋਈ ਨਹੀਂ, ਚੋਰ ਨੂੰ ਠੁੱਡਾ ਮਾਰੀ ਤੇ ਪਾਗਲ ਹੈ ਤੂੰ, ਚੋਰੀ ਕੋਈ ਨਹੀਂ ਚੋਰ ਨੂੰ। ਖਾਨ ਸਾਹਿਬ, ਓ ਮੇਰੇ ਦਿਲ ਦਾ ਚੋਰ ਹੈ, ਮੇਰਾ ਮਹਿਬੂਬ ਹੈ। ਮਹਿਬੂਬ ਐਸ ਵਾਸਤੇ ਮੇਰੀ ਚੋਰੀ ਖਾਂਦਾ? ਅੱਛਾ, ਓ ਚੋਰੀ ਖਾਂਦਾ ਰਾਂਝਾ? ਹਾਂਜੀ, ਜਿਹੜਾ ਚੋਰੀ ਖਾਂਦਾ ਉਹੀ ਮੇਰਾ ਰਾਂਝਾ ਹੁੰਦਾ। ਜਿਹੜਾ ਚੋਰੀ ਖਾਂਦਾ ਉਹ ਰਾਂਝਾ ਹੋ ਜਾਂਦੀ? ਹਾਂਜੀ। ਅੱਛਾ ਜੀ, ਮੇਰਾ ਰਾਂਝਾ ਦੇਖਿਆ ਜੀ? ਓ ਮੈਨੂੰ ਨਹੀਂ ਚੰਗੀ ਲੱਗਦਾ ਰਾਂਝਾ। ਕਿਉਂ? ਉਹ ਸਭ ਤੋਂ ਢਿੱਲਾ ਆਸ਼ਿਕੀ ਹੈ ਰਾਂਝਾ। ਢਿੱਲਾ? ਹਾਂਜੀ, ਸਾਰਾ ਦਿਨ ਮੱਝ ਦਾ ਕੰਡ ਤੇ ਬਹਿ ਕੇ ਮੁਰਲੀ ਵਜਾਉਂਦਾ ਬਸ। ਤੇ ਤੁਹਾਨੂੰ ਕੌਣ ਪਸੰਦ ਹੈ? ਓ ਮਿਰਜ਼ਾ, ਬੜਾ ਜ਼ਬਰਦਸਤ ਤਬਲਾ ਆਵਰ ਹੋਇਆ ਬੀ ਬਾਬਾ ਜੀ। ਉਹਨੇ 5-7 ਤਬਲੇ ਕੀਤੇ ਰਾਹ ਤੇ ਸਾਹਿਬਾ ਦੇ ਪਿੰਡ ਦੇ ਉੱਤੇ।